ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਜੀ ਸਾਰਿਆਂ ਦਾ, ਦੱਸੋ ਸਵਾਗਤ ਹੈ ਜੀ ਆਪਦੇ ਨਵੇਂ ਵਲੌਗ 'ਚ। ਕਿਆ ਨਹੀਂ ਨਿਕਲ ਜੀ ਗੀਤ ਨੇ ਵਾ, ਨਿਕਲ ਜੀ ਟਰਾਲੀ ਤਾਂ ਉਹ ਨਹੀਂ ਨਿਕਲ ਜੇ, ਆਰਾਮ ਤੋਂ ਨਿਕਲ ਜੇ, ਕੋਈ ਚੱਕਰ ਨਹੀਂ। ਲਓ ਜੀ ਟਰੈਕਟਰ ਤੋਂ ਟਰਾਲੀ ਕੱਢਣੀ, ਦੂਜੀ ਜੋੜਨੀ ਆਪਾਂ, ਉਹ ਮਜ਼ਾਇਲ ਖਲੋਤਾ, ਚੈੱਕ ਕਰੋ ਤੁਸੀਂ ਝੋਟੇ ਨੂੰ, ਠੀਕ ਹੈ। ਇਹਦੇ ਬਾਰੇ ਅਪਡੇਟ ਮੈਂ ਥੋੜ੍ਹੀ ਦੇਰ 'ਚ ਦਿੰਦਾ, ਪਹਿਲਾਂ ਮੈਂ ਟਰਾਲੀ ਕਢਾ ਲਾਂ। ਓਕੇ ਲਓ ਜੀ ਮਿੱਤਰੋ, ਮੈਂ ਐਲਟੀ ਲੈ ਕੇ ਚੱਲੇ ਆਇਆ ਅਤੇ ਮੈਂ ਕਿਹਾ ਇਹਨੂੰ ਪਾਸੇ ਲਾ ਦਿੰਦੇ ਹਾਂ, ਠੀਕ ਹੈ। ਅਤੇ ਲਓ ਜੀ ਇਹਦੀ ਵੀ ਤੁਹਾਨੂੰ ਅਪਡੇਟ ਦਿੰਦਾ ਆ, ਇੱਕ ਚੀਜ਼ ਕਰਨੀ ਹੈ ਆਪਾਂ, ਤੁਹਾਨੂੰ ਪੂਰੀਆਂ ਸਮਝਾਉਂਦਾ ਵੀ ਕਿਵੇਂ ਕਰਨਾ। ਲਓ ਜੀ ਹੁਣ ਇਹ ਪਾਸੇ ਰਹੂਗਾ, ਕਿਉਂਕਿ ਚੱਕਰ ਇੱਦਾਂ ਆ ਆਪਾਂ ਨਾ ਇਹਦੇ ਮੜਗਾੜਾਂ ਤੁਹਾਨੂੰ ਦੱਸਿਆ ਸੀ ਨਾ ਪੇਂਟ ਕਰਾਉਣਾ ਆ, ਪਰ ਬਾਬੇ ਦੀ ਮਿਹਰ ਨਾਲ ਆਪਣਾ ਕੰਮ ਸਰ ਗਿਆ, ਆਪਾਂ ਨੂੰ ਮੜਗਾੜੇ ਦੂਜੇ ਨਵੇਂ ਮਿਲ ਗਏ ਆ, ਆਪਾਂ ਚੇਂਜ ਕਰ ਦੇਣੇ ਹੈ। ਨਾ ਨਾ ਕੋਈ ਨਹੀਂ, ਆਪਾਂ ਇਹਦੇ ਮੜਗਾੜ ਜਿਹੜੇ ਆ ਚੇਂਜ ਕਰਾ ਦੇਣੇ ਆ, ਆਪਾਂ ਨੂੰ ਮਿਲ ਗਏ ਬ੍ਰੈਂਡ ਨਿਊ। ਸੋ ਇਸ ਕਰਕੇ ਆਪਾਂ ਇਹਨਾਂ ਨੂੰ ਚੇਂਜ ਕਰਾਂਗੇ, ਫਿਲਹਾਲ ਮੈਂ ਜਿਹੜਾ ਆਹ ਕੰਮ ਨਿਬੇੜਾ ਵਾਂ, ਫਿਰ ਮਿਲਦਾ ਤੁਹਾਨੂੰ। ਲਓ ਜੀ ਬਾਬੇ, ਜਿਹੜਾ ਮੈਂ ਕੰਮ ਕਰਨਾ ਸੀ ਉਹ ਮੈਂ ਨਿਬੇੜਾ ਆ, ਠੀਕ ਹੈ। ਸੋ ਆਪਾਂ ਗੱਲ ਕਰਦੇ ਸੀ ਜੀ ਆਪਣੇ ਮਜੈਲ ਦੇ ਮੜਗਾਡਾਂ ਬਾਰੇ, ਕਿ ਪਹਿਲਾਂ ਆਪਾਂ ਕਹਿੰਦੇ ਸੀ ਨਾ ਵੀ ਆਪਾਂ ਪੇਂਟ ਕਰਾਉਣੇ ਆ, ਠੀਕ ਹੈ। ਅਤੇ ਫਿਰ ਆਪਾਂ ਨੂੰ ਇੱਕ ਵੀਰ ਭਰਾ ਨੇ ਵਲੌਗ ਦੇਖ ਕੇ ਮੈਸੇਜ ਕੀਤਾ, ਬਾਈ ਕੋਲ ਮੜਗਾੜ ਬ੍ਰੈਂਡ ਨਿਊ ਪਏ ਆ, ਠੀਕ ਹੈ। ਅਤੇ ਉਹ ਕਹਿੰਦੇ ਵੀ ਕੋਈ ਚੱਕਰ ਨਹੀਂ ਤੁਸੀਂ ਆ ਜਾਇਓ, ਆਪਾਂ ਇਹ ਵਾਲੇ ਰੱਖ ਲਾਂਗੇ, ਤੁਹਾਨੂੰ ਦੂਜੇ ਦੇ ਦਾਂਗੇ ਪੇਂਟ। ਕਿਉਂਕਿ ਮੈਨੂੰ ਵੀਰੇ ਇੱਕ ਚੀਜ਼ ਦੀ ਸਭ ਤੋਂ ਜ਼ਿਆਦਾ ਟੈਨਸ਼ਨ ਸੀਗੀ ਕਿ ਬਾਈ ਮੈਂ ਮੜਗਾੜ ਤਾਂ ਪੇਂਟ ਕਰਾ ਲਾਂਗਾ, ਪਰ ਜਿਹੜੇ ਆ ਸਟਿੱਕਰ ਐਜ਼ ਇਟ ਇਜ਼ ਜਿਹੜੇ ਚਾਰਟ ਲੱਗੇ ਹੋਏ ਆ, ਮੈਨੂੰ ਇਹ ਚਾਹੀਦੇ ਆ। ਤਾਂ ਮੈਂ ਪੇਂਟਰ ਨਾਲ ਗੱਲ ਕੀਤੀ, ਪੇਂਟਰ ਬਾਈ ਕਹਿੰਦਾ ਵੀ ਯਾਰ ਵੀਰੇ ਸਟਿੱਕਰ ਲਿਆ ਦਿਓ, ਲਾ ਮੈਂ ਦਊਂਗਾ, ਠੀਕ ਹੈ। ਫਿਰ ਪੰਗਾ ਇਹ ਆ, ਸਾਰਾ ਕੁਛ ਏਜੰਸੀ ਤੋਂ ਮੈਂ ਜਦੋਂ ਪੁੱਛਿਆ ਮੈਨੂੰ ਲੱਗਿਆ ਨਹੀਂ ਕਿ ਹਾਂ ਸਾਰਾ ਕੁਛ ਅਵੇਲੇਬਲ ਹੋ ਜੂਗਾ, ਤਾਂ ਕਰਕੇ ਚਲੋ ਇੱਕ ਕਹਿੰਦੇ ਨਾ ਸਬੱਬੀ ਰੂਪ ਦੀ ਗੱਲ ਆ, ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਸੀ ਉਹਦਾ ਆਪਣਾ ਹੱਲ ਹੋ ਗਿਆ, ਕਿ ਚਲੋ ਸਾਨੂੰ ਮਿਲ ਗਿਆ ਕਿ ਸਟਿੱਕਰ ਵੀ ਲੱਗੇ ਰਹਿ ਜਾਣਗੇ, ਮੜਗਾੜ ਵੀ ਸਾਡੇ ਚੇਂਜ ਹੋ ਜਾਣਗੇ, ਠੀਕ ਹੈ। ਬਾਕੀ ਨਾ ਸਾਰਾ ਕੁਛ ਆਲ ਓਕੇ ਆ, ਹੁਣ ਆਪਾਂ ਨਾ ਅਣਗਹਿਲੀ ਨਹੀਂ ਛੱਡਣੀ। ਹੁਣ ਮੈਨੂੰ ਕਿਤੇ ਕਿਤੇ ਲੱਗਦਾ ਵੀ ਚਲੋ ਜੋ ਕੰਪਨੀ ਤੋਂ ਹੋ ਕੇ ਆਇਆ ਹੋਇਆ ਆ ਕਿ ਹਾਂ ਇਹਦੇ ਅੰਦਰ, ਕਿਉਂਕਿ ਲੋਹਾ ਸੜ ਰਿਹਾ ਯਾਰ, ਮੜਗਾੜ ਦਾ ਪੇਂਟ ਨਹੀਂ ਖਰਾਬ ਹੋਇਆ, ਇਕੱਲਾ ਲੋਹਾ ਸੜ ਰਿਹਾ ਆ, ਠੀਕ ਹੈ। ਇਹ ਚੱਕਰ ਹੁੰਦਾ ਆ ਕੋਈ, ਇਹ ਤਾਂ ਹੁਣ ਇਹ ਆ ਵੀ ਸਾਫ਼ ਸਫਾਈ ਕਰਕੇ ਜੇ ਪੇਂਟ ਵੱਜੇ ਤਾਂ ਨਵੇਂ ਹੋ ਜਾਣੇ ਆ ਮੜਗਾੜ ਬਿਲਕੁਲ, ਠੀਕ ਹੈ। ਅਤੇ ਇਹ ਚੱਕਰ ਆ ਮੇਨ, ਅਤੇ ਬਾਕੀ ਮੇਰੀ 20-30% ਮੇਰੀ ਆਪਣੀ ਵੀ ਗਲਤੀ ਮੈਨੂੰ ਲੱਗਦੀ ਆ ਕਿਤੇ ਕਿਤੇ, ਅਤੇ ਹੁਣ ਉਹਨਾਂ ਚੀਜ਼ਾਂ ਦੇ ਉੱਤੇ ਕਹਿਣਾ ਇਤਿਹਾਸ ਵਰਤਾਂਗੇ, ਠੀਕ ਹੈ। ਬਾਕੀ ਆਲ ਓਕੇ ਆ ਸਾਰਾ ਕੰਮ, ਅਤੇ ਹੁਣ ਚਲੋ ਮੜਗਾਡਾਂ ਦਾ ਪੇਂਟ ਤਾਂ ਨਹੀਂ ਕਰਾਉਣਾ, ਆਪਾਂ ROPS ਪੇਂਟ ਕਰਾ ਦਾਂਗੇ ਅਤੇ ਇਹਦਾ ਬੰਪਰ ਪੇਂਟ ਕਰਾ ਦਾਂਗੇ, ਠੀਕ ਹੈ। ਅਤੇ ਜਿਹੜਾ ਬੈਟਰੀ ਬਾਕਸ ਆ ਇਹਨੂੰ ਵੀ ਥੋੜ੍ਹਾ ਜਿਹਾ ਰੀਫਰਬਨੇਸ਼ਨ ਕਰਾਂਗੇ, ਇਹਦਾ ਵੀ ਸਿਸਟਮ ਥੋੜ੍ਹਾ ਜਿਹਾ, ਠੀਕ ਹੈ। ਅਤੇ ਕਿਉਂਕਿ ਇਹਦਾ ਨਾ ਪਿੱਛੇ ਵਾਲੀ ਸਾਈਡ ਐਂਗਲ ਉਂਗਲ ਜੋ ਬਾਹਲੇ ਨਜਾਇਜ਼ ਜਿਹੇ ਤਰੀਕੇ ਨਾਲ ਭਰੇ ਹੋਏ ਆਪਾਂ, ਉਹ ਵੀ ਸੈੱਟ ਕਰਕੇ ਵਧੀਆ ਤਰੀਕੇ ਨਾਲ ਬੈਟਰੀ ਬਕਸਾ ਹੈਵੀ ਕਰਕੇ ਲਾਉਣਾ ਆ, ਠੀਕ ਹੈ। ਅਤੇ ਪਰਲੇ ਪਾਸੇ ਵੀ ਹੁਣ ਇੱਕ ਬੈਟਰੀ ਬਕਸਾ ਪਲੈਨ ਕਰ ਰਹੇ ਹਾਂ, ਉਹ ਤੁਹਾਨੂੰ ਫਿਰ ਮੌਕੇ ਵਾਰਦਾਤ 'ਤੇ ਦੱਸਾਂਗੇ ਕੀ ਬਣਦਾ ਆ, ਠੀਕ। ਅਤੇ ਟਰੈਕਟਰ ਜੇ ਦੇਖਿਆ ਜਾਏ ਬਿਨਾਂ ਹੁੱਡ ਤੋਂ ਥੋੜ੍ਹਾ ਮਸਾਂ ਹੀ ਆਊਗਾ ਵੈਸੇ ਅੰਦਰ, ਬਿਨਾਂ ਹੁੱਡ ਲਾ ਕੇ ਨਹੀਂ ਅੰਦਰ ਆਉਣਾ, ਠੀਕ ਹੈ। ਅਤੇ ਇੱਦਾਂ ਬਿਨਾਂ ਹੁੱਡ ਤੋਂ ਵੈਸੇ ਅੰਦਰ ਆ ਜਾਂਦਾ ਆ। ਬਾਕੀ ਆਹੀ ਮੜਗਾਡਾਂ ਵਾਲਾ ਮੇਨ ਮਸਲਾ ਸੀ ਆਪਣਾ ਮੜਗਾੜਾ, ਉਹ ਬਾਕੀ ਰਿਮ ਰੂਮ ਦੀ ਟਚਿੰਗ ਟੁਚਿੰਗ ਕਰਾਉਣੀ ਆ, ਸਾਰੀ ਪਿੱਛੋਂ ਟਚਿੰਗ ਟੁਚਿੰਗ ਕਰ ਦਾਂਗੇ। ਵੀ ਇਹ ਆ ਵੀ ਐਰਕੀ ਮਹਾਰਾਜ ਨੇ ਜੇ ਚਾਹਿਆ ਤਾਂ ਆਪਾਂ ਹੋਲੇ ਮਹੱਲੇ 'ਤੇ ਲੈ ਕੇ ਜਾਵਾਂਗੇ ਟਰੈਕਟਰ, ਠੀਕ ਹੈ। ਕਿਉਂਕਿ ਪਿਛਲੀ ਲਾ ਲਓ ਵੀ ਨਾ ਹੋਲੇ ਮਹੱਲੇ 'ਤੇ ਜਾਇਆ ਗਿਆ ਸੀ, ਨਾ ਐਦਕੀ ਸਭਾ 'ਤੇ ਜਾਇਆ ਗਿਆ, ਠੀਕ ਹੈ। ਕਿ ਚਲੋ ਜੋ ਵੀ ਆ ਮਹਾਰਾਜ ਨੂੰ ਮਨਜ਼ੂਰ ਹੁੰਦਾ ਬਾਕੀ, ਅਤੇ ਆਪਾਂ ਇਹ ਦੋ ਕੰਮ ਤਾਂ ਜ਼ਰੂਰੀ ਕਰਾਉਣੇ ਆ, ਪੇਂਟ ਵਾਲਾ, ਠੀਕ ਹੈ, ਅਤੇ ਮੜਗਾੜ ਚੇਂਜ ਹੋ ਗਏ, ਠੀਕ ਹੈ। ਉਸ ਤੋਂ ਬਾਅਦ ਦਾ ਕੰਮ ਤਾਂ ਸਾਡੇ ਹੱਥਾਂ ਦਾ, ਉਹ ਅਸੀਂ ਆਪ ਹੀ ਕਰ ਲੈਣਾ ਆ।
ਸੋ ਫਿਲਹਾਲ ਆਪਾਂ ਚੱਲਦੇ ਹਾਂ ਜੀ ਹੁਣ, ਠੀਕ ਹੈ। ਮੈਨੂੰ ਘਰੋਂ ਫੋਨ ਆਈ ਜਾਂਦਾ, ਜ਼ਰੂਰੀ ਕੰਮ ਵੀ ਆ ਅਤੇ ਜਾ ਕੇ ਆਉਣਾ ਆ। ਅਤੇ ਆਹ ਆਪਣੀ ਰਾਣੀ ਸੁੰਦਰਾ ਖਲੋਤੀ ਆ ਕਰੋ ਚੈੱਕ, ਅਤੇ ਕਰ ਲਈਏ ਗੱਡੀ, ਮਾਰ ਲਈਏ ਸੈਲਫ ਅਤੇ ਮਿਲਦੇ ਹਾਂ ਤੁਹਾਨੂੰ ਥੋੜ੍ਹੇ ਟਾਈਮ ਤੱਕ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ ਜੀ ਸਾਰਿਆਂ ਦਾ। ਸੋ ਸਵਾਗਤ ਹੈ ਨਵੇਂ ਦਿਨ 'ਚ। ਅਤੇ ਕਰੋ ਚੈੱਕ, ਰਾਤ ਤਾਂ ਲੇਟ ਵਾਲੇ ਹੋ ਗਏ ਸੀਗੇ, ਕੰਮ ਹੋਰ ਸੀਗੇ, ਤਾਂ ਫਿਰ ਵਲੋਗ ਸ਼ੁਰੂ ਹੀ ਨਹੀਂ ਕੀਤਾ, ਮਤਲਬ ਬੰਦ ਕਰਤਾ ਸੀ ਉੱਥੇ। ਅੱਜ ਆਏ ਜੀ ਤਿੰਨ ਢੋਲ ਭਰਾਉਣ, ਕਰੋ ਚੈੱਕ, ਇੱਕ ਦੋ ਤਿੰਨ, ਇਹ ਹੁਣ ਗੰਨੇ ਬਿਜਾਈ ਤੋਂ ਲੈ ਕੇ ਝੋਨੇ ਤੱਕ ਦਾ ਚੱਲ ਜਾਣਾ, ਦੇਖਦੇ ਹਾਂ ਜ਼ਿਆਦਾ ਗੰਨੇ ਬਿਜਾਈ ਦੇ ਨੇੜੇ ਨਾ ਲੱਗ ਜਾਏ ਕਿਤੇ, ਠੀਕ ਹੈ। ਬਾਕੀ ਤੁਹਾਡੇ ਸਾਹਮਣੇ ਆ, ਦਿਖਾਉਂਦੇ ਹਾਂ ਤੁਹਾਨੂੰ ਕਿੰਨੇ ਲੀਟਰ ਤੇਲ ਪੈਂਦਾ ਕੀ ਕੁਛ। ਚਲੋ ਜੀ, ਦੋ ਢੋਲ ਤਾਂ ਭਰ ਗਏ, ਤੀਜੇ 'ਚ ਲੱਗ ਗਈ ਨੋਜ਼ਲ, ਹਰਲੀ ਨੇ ਬਹੁਤ ਛੇਤੀ ਭਰਿਆ, ਹਲੇ ਭਰਨਾ ਆ, ਪਾ ਦੇ ਯਾਰ, ਦਿਖਾਇਆ ਜੀ ਪਰਲੇ ਵਾਲੀ ਦੀ ਪਰਚੀ ਹੈ ਬਾਈ, ਪਰਲੇ ਢੋਲ ਦੀ ਪਰਚੀ ਦਿਖਾਈ, ਕਿਹੜੀ ਹੈ ਪਰਲੇ? 2400 ਅਤੇ ਇੱਕ ਲਓ ਜੀ, ਆਹ ਕੁਛ ਆ ਤੁਹਾਡੇ ਸਾਹਮਣੇ। ਹੁਣ ਤੀਜੇ ਢੋਲ ਦੀ ਪਰਚੀ ਦੇਖਦੇ ਹਾਂ ਕਿੰਨੀ ਆਉਂਦੀ। ਲਓ ਜੀ, ਢੋਲ ਤਾਂ ਹੋ ਗਏ ਫੁੱਲ, ਠੀਕ ਹੈ। ਇਹਦੇ 'ਚ 220-22 ਤੋਂ ਲੈ ਕੇ 25 ਲੀਟਰ ਤੱਕ ਤੇਲ ਆਇਆ ਆ, ਠੀਕ ਹੈ, ਇੱਕ ਢੋਲ 'ਚ। ਬਾਕੀ ਹੁਣ ਟੈਂਕੀ 'ਚ ਵੀ ਰਹਿੰਦਾ ਸੀ ਥੋੜ੍ਹਾ ਜਿਹਾ, ਇਹ ਵੀ ਫੁੱਲ ਕਰਾਏ 'ਚ ਕਿੰਨਾ ਪੈ ਗਿਆ, 16 ਲੀਟਰ ਪੈ ਗਿਆ, 16-17 ਲੀਟਰ 20 ਲੀਟਰ ਆ ਜੂ ਜ਼ਿਆਦਾ, ਠੀਕ ਹੈ ਨਾ। 17 ਕੁ ਲੀਟਰ ਮਸੀਂ ਪੈਣਾ ਆ, ਰਾਊਂਡ ਫਿਗਰ ਕਰ ਰਿਹਾ 15 ਕੁ ਵੀ। ਲਓ ਜੀ, ਕਰੋ ਚੈੱਕ। ਮੈਂ ਨਾ ਬਾਬੇ ਇੱਕ ਚੀਜ਼ ਹੋਰ ਸੋਚਦਾ ਸੀ, ਆਪਣੇ ਵਾਲੇ ਮਜ਼ਾਇਲ 'ਤੇ ਵੀ ਨਾ ਆਪਾਂ ਇੱਦਾਂ ਵੇਟ ਕਿੱਟ ਲਾ ਕੇ ਅੱਗੇ ਬੰਪਰ ਲਾ ਦਈਏ, ਇਹਦੇ ਬਾਰੇ ਕਮੈਂਟ ਕਰਕੇ ਸਲਾਹ ਦਿਓ ਵੀ ਕਿੱਦਾਂ ਠੀਕ ਆ ਇਹ ਸਿਸਟਮ। ਵੀ ਪਤਾ ਕੀ ਚੱਕਰ ਆ, ਕਿਉਂਕਿ ਜਦੋਂ ਸੁਪਰ ਸੀਡਰ ਲਾਉਂਦੇ ਨਾ ਆਪਾਂ, ਸੁਪਰ ਸੀਡਰ 'ਤੇ ਬਹੁਤ ਪ੍ਰੋਬਲਮ ਆਉਂਦੀ ਆ, ਠੀਕ ਆ, ਟਰੈਕਟਰ ਮੂਹਰੋਂ ਕਈ ਗੱਟੇ ਰੱਖ ਕੁਛ ਰੱਖ। ਮੇਰਾ ਇਹ ਸਲਾਹ ਆ, ਇਕੱਲੀ ਵੇਟ ਕਿੱਟਣਾ ਆਪਣਾ ਸਰਨਾ ਨਹੀਂ, ਠੀਕ ਹੈ। ਅਤੇ ਇਹ ਵੀ ਥੋੜ੍ਹਾ ਇੱਕ ਆਪਾਂ ਬਾਬੇ ਆਹ ਹਿੱਸਾ ਜਿਹੜਾ ਆ ਫਰੰਟ ਵਾਲਾ ਐਕਸਲ, ਇਹ ਵੀ ਚੇਂਜ ਕਰਨਾ, ਇਹ ਵੀ ਐਡਜਸਟੇਬਲ ਪਾ। ਹੈਂ, 17 ਲੀਟਰ ਇਹ 'ਚ, 17 ਲੀਟਰ ਬਾਕੀ ਢੋਲ 'ਚ, ਇੱਕ 'ਚ ਕਿੰਨਾ ਆਇਆ ਹੈ? ਅੱਛਾ, 229 ਕੁਛ, ਠੀਕ ਹੈ, ਮਤਲਬ 229-29 ਕਰਕੇ ਤਿੰਨਾਂ ਢੋਲਾਂ 'ਚ ਆ ਗਿਆ ਬਾਬਿਓ, ਅਤੇ 17 ਲੀਟਰ ਆ ਗਿਆ ਟਰੈਕਟਰ। 4 ਘੰਟੇ 'ਚ 17 ਲੀਟਰ ਤੇਲ ਖਾਧਾ ਸੀ ਇਹਨੇ, ਵਾਹੀ 'ਚ ਪਾਇਆ ਸੀ, ਜਿਹਦੇ 'ਚੋਂ ਇਹਦਾ ਨਾ ਅੰਦਰ ਇੱਕ ਨਟ ਹੁੰਦਾ ਆ ਬੂਸਟ ਪਾਈਪ ਵਾਲਾ, ਜਿਹੜੀ ਟਰਬੋ ਤੋਂ ਜਾਂਦਾ ਆ ਇੰਟਰਕੂਲਰ 'ਚ, ਉਹ ਨਟ ਲੂਜ਼ ਸੀਗਾ ਅਤੇ ਉੱਥੋਂ ਬੂਸਟ ਬਾਲ ਲੀਕ ਹੋਇਆ। ਆਪਾਂ ਨੂੰ ਬਾਅਦ 'ਚ ਧਿਆਨ ਆਇਆ ਵੀ ਉਹ ਨਟ ਤਾਂ ਰਹਿੰਦਾ ਸੀ ਕੱਸਣ ਵਾਲਾ, ਠੀਕ ਹੈ। ਅਤੇ ਬਾਕੀ ਇਹ ਲਾਓ ਵੀ ਜਿਹੜੀਆਂ ਦੋ ਸਲਾਹ ਮੈਂ ਤੁਹਾਡੇ ਤੋਂ ਮੰਗਣ ਡਿਆ, ਇਹ ਜ਼ਰੂਰ ਦੱਸਿਓ ਕਮੈਂਟਾਂ 'ਚ ਵੀ ਆਹ ਕੰਮ ਕਰੀਏ ਆਪਾਂ, ਵੀ ਵੇਟ ਕਿੱਟ ਲਾ ਕੇ ਅੱਗੇ ਬੰਪਰ ਅਤੇ ਹਿੱਸਾ ਚੇਂਜ ਕਰਨਾ, ਜੇ ਕਿਸੇ ਵੀਰੇ ਵੀਰ ਭਰਾ ਕੋਲ ਐਡਜਸਟੇਬਲ ਹਿੱਸਾ ਪਿਆ ਆ ਸਾਰੇ ਸਮਾਨ ਦੇ ਨਾਲ, ਜਿਹਦੇ 'ਚ ਆ ਜੈਕ ਅਤੇ ਸਾਈਡ ਵਾਲੇ ਸਪੈਂਡਲ, ਅਤੇ ਉਹ ਵੀ ਮੈਨੂੰ ਜ਼ਰੂਰ ਦੱਸਿਓ, ਫਿਰ ਆਪਾਂ ਉਹ ਵੀ ਚੇਂਜ ਕਰਨਾ ਆ, ਫਰੰਟ ਦਾ ਹਿੱਸਾ ਪਲੱਸ ਵੇਟ ਕਿੱਟ ਲਾਉਣੀ ਆ ਸਾਰੀ। ਲਓ ਜੀ, ਆਪਾਂ ਇੰਨਾ ਤੇਲ ਲਿਆ ਅਤੇ ਬਾਈਆਂ ਨੇ ਸਾਨੂੰ ਦਿੱਤਾ ਇੱਕ ਕੰਬਲ ਅਤੇ ਇੱਕ ਹੋਰ ਕੁਛ ਆ ਗਿਫਟ, ਜੇ ਮੱਗ ਮੁੱਗ ਲੱਗਦਾ ਕੋਈ, ਠੀਕ ਹੈ, ਇਹ ਗਿਫਟ 'ਚ ਮਿਲਿਆ। ਬਾਕੀ ਹੁਣ ਨਿਕਲਦੇ, 63,000 ਕੁਛ ਦਾ ਪਿਆ ਆ ਤੇਲ। ਲਓ ਜੀ, ਨਿਕਲਦੇ ਹੁਣ ਆਪਾਂ। ਹਾਂਜੀ ਬਾਬੇ, ਉਸ ਬਾਕੀ ਕੰਮ ਨਿਬੇੜ ਕੇ ਅਤੇ ਮੈਂ ਲੱਗ ਗਿਆ ਸੀ ਜੀ ਛਤਰੀ ਖੋਲ੍ਹਣ 'ਚ, ਠੀਕ ਹੈ। ਆਪਾਂ ਇਹਦੀ ਛਤਰੀ ਖੋਲ੍ਹ ਕੇ ਦਿੰਦੇ ਹਾਂ, ਮੰਜੀ ਤੋਂ ਕਰ ਦਿੰਦੇ ਹਾਂ ਅਲੱਗ, ਠੀਕ ਹੈ, ਅਤੇ ਫਿਰ ਇਹਦਾ ਬੋਰਡ ਦਾ ਹੀ ਕਟਿੰਗ ਕਰਦੇ ਹਾਂ ਸਾਰੀ, ਨਾਲ ਨਾਲ ਤੁਹਾਨੂੰ ਦਿਖਾਵਾਂਗੇ ਕੀ ਸਿਸਟਮ ਕਰਨਾ ਕਿੱਦਾਂ ਕਰਨਾ। ਆਪਣੇ ਕੋਲ ਆ ਗਿਆ ਫੋਨ ਕੰਪਨੀ ਵਾਲਿਆਂ ਦਾ, ਇਹਨੂੰ ਕੱਟ ਦਿੰਦੇ ਹਾਂ ਅਤੇ ਕੰਮ ਸ਼ੁਰੂ ਕਰਦੇ ਹਾਂ ਆਪਾਂ ਜੀ। ਲਓ ਜੀ, ਛਤਰੀ ਖੋਲ੍ਹ ਕੇ ਇੱਧਰ ਲੈਣ 'ਤੇ ਸੀ, ਇਹਦੀ ਮਾਰਕਿੰਗ ਵਗੈਰਾ ਕਰਤੀ ਹੈ ਮੈਂ, ਠੀਕ ਹੈ, ਅਤੇ ਇਹਦਾ ਪੇਂਟ ਜਿਹੜਾ ਆਪਾਂ ਦੁਬਾਰਾ ਹੀ ਕਰਾਂਗੇ ਵਧੀਆ ਤਰੀਕੇ ਨਾਲ, ਕਿਉਂਕਿ ਇਹ ਦੂਜਾ ਪੇਂਟ ਆ ਜਿਹੜਾ ਆਪਣਾ ਥੋੜ੍ਹਾ ਸਸਤੇ ਵਾਲਾ ਹੁੰਦਾ ਆ,
ਆਪਾਂ ਇਹ 'ਤੇ ਨਾ ਵਧੀਆ ਤਰੀਕੇ ਨਾਲ ਇਹਨੂੰ ਮਤਲਬ ਰੇਗਮਾਲ ਵਗੈਰਾ ਮਾਰ ਕੇ ਇਹ 'ਤੇ ਓਰੀਜਨਲ ਕੈਨ ਵਾਲਾ ਪੇਂਟ ਕਰ ਦਾਂਗੇ, ਠੀਕ ਹੈ, ਕਿਉਂਕਿ ਓਰੀਜਨਲ ਤਾਂ ਇੱਦਾਂ ਆ ਮੈਚਿੰਗ ਜੀ ਹੋ ਜਾਂਦੀ ਆ, ਗ੍ਰੇਸ ਆ ਜਾਂਦੀ ਆ, ਠੀਕ ਹੈ। ਸੋ ਫਿਲਹਾਲ ਆਪਾਂ ਨਾ ਪੇਟੀਆਂ ਦੀ ਸੈਟਿੰਗ ਕਰ ਰਹੇ ਹਾਂ, ਕਿਉਂਕਿ ਇਹ ਬੋਰਡ ਜਿਹੜਾ ਪੇਟੀਆਂ 'ਤੇ ਰੱਖ ਕੇ ਕੱਟ ਲਾਂਗੇ ਨਾ ਡਾਊਂਸਲਿੰਗ ਵਾਲਾ। ਸੋ ਫਿਲਹਾਲ ਇਹ ਸਿਸਟਮ ਸ਼ੁਰੂ ਕੀਤਾ ਆ, ਤੁਹਾਨੂੰ ਦੱਸਾਂਗੇ ਅੱਗੇ। ਲਓ ਜੀ ਬੋਰਡ ਦੀ ਹੋ ਰਹੀ ਆ ਅੰਦਰ ਕਟਿੰਗ, ਮਸ਼ੀਨ ਦੀ ਆਵਾਜ਼ ਵੀ ਹੁੰਦੀ ਆ, ਆ ਕਰੋ ਚੈੱਕ ਬਾਬੇ। ਉਹ ਪਹਿਲਾਂ ਇਹ ਜਿਹੜਾ ਉੱਪਰ ਵਾਲਾ ਫਾਈਬਰ ਹੈ ਇਹਨੂੰ ਰੱਖ ਕੇ ਇਹਦੇ ਬਾਹਰ ਬਾਹਰ ਦਾ ਨਿਸ਼ਾਨ ਲਾ ਕੇ ਇਹਨੂੰ ਕਟਿੰਗ ਕਰ ਲਓ, ਠੀਕ ਹੈ। ਕਟਿੰਗ ਕਰਨ ਤੋਂ ਬਾਅਦ ਬੈਕ ਸਾਈਡ 'ਤੇ ਇਹਦੇ ਜੋੜ ਪੈਂਦਾ ਹੁੰਦਾ, ਕਿਉਂਕਿ ਆਪਣੇ ਕੋਲ ਨਾ ਸਟੈਂਡਰਡ ਸਾਈਜ਼ ਬੋਰਡ ਹੁੰਦੇ ਹੁੰਦੇ ਹਮੇਸ਼ਾ 6-4 ਦੇ ਜਾਂ 8-4 ਦੇ। ਇਹ 8-4 ਵਾਲਾ ਬੋਰਡ ਆ, ਇਹ 'ਚੋਂ ਮਤਲਬ 4 ਫੁੱਟ ਤੋਂ ਪਲੱਸ ਹੁੰਦੀ ਆ ਆਪਣੀ ਛਤਰੀ ਆਉਣੀ, ਠੀਕ ਹੈ। ਜੇ ਐਵੇਂ ਰੱਖਦੇ ਹਾਂ ਤਾਂ ਸਾਈਡ 'ਤੇ ਜੋੜ ਆਉਂਦਾ, ਆਪਾਂ ਹਮੇਸ਼ਾ ਜਿਹੜਾ ਜੋੜ ਹੈ ਜਾਂ ਤਾਂ ਅੱਗੇ ਰੱਖਦੇ ਹਾਂ ਜਾਂ ਪਿੱਛੇ ਰੱਖਦੇ ਹਾਂ, ਠੀਕ ਹੈ। ਅਤੇ ਇਹ ਕਰਕੇ ਇਹਦੇ 'ਚ ਜੋੜ ਹੋਰ ਪੈ ਜਾਣਾ, ਉਹ ਵੀ ਕੱਟ ਲਾਂਗੇ ਆਪਾਂ ਨਾਲ, ਤੁਹਾਨੂੰ ਦਿਖਾ ਦਾਂਗੇ। ਲਓ ਜੀ ਇਹਦੀ ਤਾਂ ਕਟਿੰਗ ਹੋ ਗਈ ਸੀ, ਹੁਣ ਟ੍ਰਿਮਿੰਗ ਕਰ ਰਹੇ ਹਾਂ। ਟ੍ਰਿਮਿੰਗ ਤੋਂ ਬਾਅਦ ਇਹਨੂੰ ਕਰਨਾ ਫਾਈਨਲ, ਜਿੱਦਾਂ ਆਪਾਂ ਗ੍ਰੈਂਡਰ ਨਾਲ ਕਰਦੇ ਹੁੰਦੇ ਹਮੇਸ਼ਾ ਫਾਈਨਲ ਇਹਨੂੰ। ਫਿਲਹਾਲ ਟ੍ਰਿਮਿੰਗ ਕਰਨ ਦੇ ਆ, ਕਟਿੰਗ ਇਹਦੀ ਹੋ ਗਈ, ਇਹਦੇ ਉੱਪਰ ਰੱਖ ਕੇ ਫਿਰ ਲਾਸਟ ਨਿਸ਼ਾਨ ਲਾਈ ਦੇ ਆ, ਕਿਉਂਕਿ ਇਹ ਛਤਰੀ ਦੇ ਅੰਦਰ ਨਾ ਬਹਿਣਾ ਚਾਹੀਦਾ ਹੈ ਚੰਗੇ ਤਰੀਕੇ ਨਾਲ, ਕਿਉਂਕਿ ਇਹ ਹੱਥ ਵਾਲੀ ਕਟਿੰਗ ਹੈ, ਇਹ ਉਹ ਕਟਿੰਗ ਤਾਂ ਹੈ ਨਹੀਂ ਜਿੱਦਾਂ ਆਪਾਂ ਕਹਿ ਦਈਏ CNC ਵਾਲੀ ਆ, ਪ੍ਰੋਪਰ ਇਹਦੇ ਉੱਪਰ ਡਾਇਆ ਦੇ ਤਾ ਉਨੀ ਕੱਟ ਲਈ। ਹੱਥ ਵਾਲੀ ਕਟਿੰਗ 'ਚ ਕਿਤੇ ਵੱਧ ਘੱਟ ਵੀ ਹੋ ਜਾਂਦਾ ਆ, ਕਿਤੇ ਜ਼ਿਆਦਾ ਰਹਿ ਗਿਆ ਥੋੜ੍ਹਾ ਬਹੁਤਾ ਗੈਪ, ਉਹਨੂੰ ਸਾਰਿਆਂ ਨੂੰ ਕਵਰ ਕਰਨ ਵਾਸਤੇ ਟ੍ਰਿਮਿੰਗ ਕਰੀਦੀ ਆ। ਟ੍ਰਿਮਿੰਗ ਕਰਨ ਤੋਂ ਬਾਅਦ ਇਹਨੂੰ ਫਾਈਨਲ ਕਰ ਦਈਦਾ ਆ। ਬਾਬੇ ਡਾਊਨ ਸਿਲਿੰਗ ਕਰਦੇ ਟਾਈਮ ਨਾ ਦੋ ਚੀਜ਼ਾਂ ਦਾ ਧਿਆਨ ਰੱਖਿਓ। ਪਹਿਲਾਂ ਤਾਂ ਇਹ ਆ ਕਿ ਜਿਹੜਾ ਤੁਸੀਂ ਬੋਰਡ ਯੂਜ਼ ਕਰਨਾ ਆ, ਹੈ ਨਾ, ਬੋਰਡ ਯੂਜ਼ ਕਰਨਾ, ਇੱਕ ਮਿੰਟ ਬੋਰਡ ਯੂਜ਼ ਕਰਨਾ ਇਹਦਾ ਪਲਾਈ ਬੋਰਡ ਅਤੇ 1/2 ਇੰਚੀ ਵਾਲਾ 12 mm ਵਾਲਾ, ਠੀਕ ਹੈ। ਕਈ ਵੀਰ ਕੀ ਕਰਦੇ ਆ, ਮਤਲਬ ਮੈਨੂੰ ਆਹ ਵਾਲਾ ਬੋਰਡ ਯੂਜ਼ ਕਰ ਲੈਂਦੇ MDF ਦਾ, ਆਹ 1/4 ਇੰਚੀ ਜਾਂ ਪਲਾਈ ਬੋਰਡ 1/4 ਇੰਚੀ, ਉਹ ਕੀ ਕਰਦਾ, ਉਹ ਇੰਨਾ ਕੁ ਜ਼ਿਆਦਾ ਛਤਰੀ ਨੂੰ ਹੈਵੀ ਕਰ ਦਿੰਦਾ ਆ ਕਿ ਜਿਹੜਾ ਆਪਣਾ ਇਹ ਛੱਜਾ ਹੁੰਦਾ ਆ, ਠੀਕ ਹੈ, ਇਹਦੇ ਥੱਲੇ ਵਾਲਾ ਜਿਹੜਾ ਮਾਊਂਟ ਹੁੰਦਾ ਨਾ, ਜਿਹਨੂੰ ਆਪਾਂ ਮੰਜੀ ਵੀ ਕਹਿ ਦਿੰਦੇ ਹਾਂ, ਉਹਨੂੰ ਤੋੜ ਦਿੰਦਾ ਆ, ਠੀਕ ਹੈ। ਉਹਨੂੰ ਨਹੀਂ ਤਾਂ ਨਟਾਂ 'ਚ ਪਲੇ ਪੈ ਜਾਂਦੀ ਆ, ਮਤਲਬ ਇਸ ਹੱਦ ਤੱਕ ਨੁਕਸਾਨ ਹੋ ਜਾਂਦਾ ਆ ਕਿ ਜਿਹੜਾ ਮਤਲਬ ਐਕਸਪੈਕਟਿਡ ਨਹੀਂ ਹੁੰਦਾ ਵੀ ਹਾਂ ਇਹ ਨੁਕਸਾਨ ਵੀ ਹੋ ਸਕਦਾ ਆ ਆਪਣਾ, ਠੀਕ ਹੈ। ਪਹਿਲੀ ਚੀਜ਼ ਤਾਂ ਇਹ ਆ। ਦੂਜੀ ਚੀਜ਼ ਇਹ ਆ ਕਿ ਜਦੋਂ ਵੀ ਛਤਰੀ ਨੂੰ ਡਾਊਨ ਸਿਲਿੰਗ ਵਾਸਤੇ ਜਦੋਂ ਆਪਾਂ ਰੈਡੀ ਕਰਦੇ ਹਾਂ, ਹੈ ਨਾ, ਜਿਹੜੇ ਆਹ ਜਿਹੜੇ ਇਹਨਾਂ ਦੇ ਅੰਦਰ ਡੱਬੇ ਆਉਂਦੇ ਨਾ ਬਣੇ ਹੋਏ ਇਹ ਫਾਈਬਰ ਦੇ ਅੰਦਰ, ਇਹਨੂੰ ਕੱਟ ਕਰਨ ਤੋਂ ਪਹਿਲਾਂ ਜਾਂ ਕੋਈ ਵੀ ਇਹਦੇ 'ਚ ਕੋਈ ਚੀਜ਼ ਕਰਨ ਤੋਂ ਪਹਿਲਾਂ ਨਾ ਇਹ 'ਚ ਪਤਲਾ ਜਿਹਾ ਸੁਰਾਖ ਮਾਰ ਕੇ ਵੇਖ ਲਓ ਵੀ ਇਹ ਖੋਖਲਾ ਆ ਜਾਂ ਫਿਰ ਅੱਗੇ ਉੱਪਰ ਵੀ ਇਦਾਂ ਹੀ ਆ। ਮਤਲਬ ਕਈ ਵਾਰ ਇਦਾਂ ਹੁੰਦਾ ਵੀ ਇਹ ਸਿੰਗਲ ਪੀਸ ਹੁੰਦਾ ਆ, ਅਵਲ ਤਾਂ ਇਹ ਡਬਲ ਆ ਜਿਹੜੀ ਆਪਾਂ ਯੂਜ਼ ਕਰਨ ਡੇ ਆ, ਇਹ ਡਬਲ ਵਾਲੀ ਆ। ਕਈ ਵਾਰੀ ਸਿੰਗਲ ਵਾਲੀ ਆਉਂਦੀ ਆ, ਉਹ ਕੀ ਕਰਦੀ ਆ ਵੀ ਜਦੋਂ ਇਹ 'ਚ ਮਤਲਬ ਗ੍ਰੈਂਡਰ ਲਾਉਂਦੇ ਆ ਨਾਲ ਹੀ ਛਤਰੀ ਪਾੜ ਜਾਂਦੀ ਆ, ਠੀਕ ਹੈ, ਛਤਰੀ ਲੀਕ ਹੋ ਜਾਂਦੀ ਆ ਉੱਥੋਂ, ਫਿਰ ਉਹ ਜਿਹੜਾ ਆਪਣਾ ਲਗਭਗ 6-6.5 ਹਜ਼ਾਰ ਦਾ ਨੁਕਸਾਨ ਹੋ ਜਾਂਦਾ ਛਤਰੀ ਦਾ, ਠੀਕ ਹੈ। ਇਹ ਪਹਿਲੀ ਆਹ ਚੀਜ਼ ਵੀ ਬੋਰਡ ਸਹੀ ਯੂਜ਼ ਕਰਨਾ, ਦੂਜਾ ਇਹਦੇ ਉੱਪਰ ਕੋਈ ਵੀ ਸੁਰਾਖ ਕਰਦੇ ਟਾਈਮ ਧਿਆਨ ਰੱਖਣਾ ਹੈ। ਲਓ ਜੀ ਆਪਣਾ ਕੰਮ ਕਰ ਲਓ ਤੁਸੀਂ, ਹੋ ਗਿਆ। ਲਓ ਜੀ ਬਾਬੇ ਆਪਣਾ ਲਗਭਗ 30% ਕੰਮ ਜਿਹੜਾ ਉਹ ਡਨ ਹੋ ਗਿਆ, ਜਿਹਦੇ 'ਚ ਆਪਾਂ ਨੇ ਇਹਦੀ ਜਿਹੜਾ ਬੇਸ ਆ ਉਹ ਕੱਟ ਕਰ ਲਿਆ ਆ। ਹੁਣ ਬੈਕ ਸਾਈਡ ਦਾ ਜਿਹੜਾ ਟੋਟਾ ਪਾਉਣਾ ਆ ਉਹ ਕਰ ਰਹੇ ਹਾਂ। ਇਹ ਬਾਬੇ ਤੁਹਾਡੇ 'ਤੇ ਡਿਪੈਂਡ ਕਰਦਾ ਵੀ ਤੁਸੀਂ ਆਹ ਜਿਹੜੀ ਚੀਜ਼ ਹੈ ਕਿੱਥੇ ਰੱਖਣੀ ਆ, ਇਸ ਪਾਸੇ ਉਸ ਪਾਸੇ ਉੱਧਰ ਜਾਂ ਇੱਧਰ। ਇਹਦੇ 'ਚ ਇੱਕ ਚੀਜ਼ ਮੈਂ ਹੋਰ ਦੱਸ ਦਿੰਦਾ, ਜਦੋਂ ਡਾਊਨ ਸਿਲਿੰਗ ਕਰਾਉਂਦੇ ਨਾ ਕਈ ਵੀਰ 2 ਸੂਤ ਦੀ ਪਲਾਈ ਵੀ ਲਾ ਦਿੰਦੇ ਹੁੰਦੇ ਆ, ਉਹ ਵੀ ਧਿਆਨ ਰੱਖਿਓ। 2 ਸੂਤ ਵਾਲੀ ਪਲਾਈ ਮੈਂ 1-2 ਡਾਊਨ ਸਿਲਿੰਗਾਂ 'ਤੇ ਲੱਗੀ ਦੇਖੀ ਆ, ਵੀ ਚਲੋ ਮੰਨ ਲਓ ਵੀ ਕਹਿ ਸਕਦੇ ਹਾਂ ਵੀ ਅਗਲੇ ਨੂੰ ਜਿਹੜੇ ਕਰਨ ਵਾਲਾ ਸੀ ਉਹਨੂੰ ਸ਼ਾਇਦ ਹਲੇ ਐਸਟੀਮੇਟ ਪਤਾ ਨਹੀਂ ਹੋਊਗਾ ਵੀ ਕੀ ਕੁਛ ਹੈ ਕਿੱਦਾਂ ਆ, ਠੀਕ ਹੈ। ਅਤੇ ਪਰ ਇਹ 1/2 ਇੰਚ ਤੋਂ ਘੱਟ ਨਾ ਯੂਜ਼ ਕਰਿਆ ਕਰੋ, ਨਾ ਵੱਧ ਯੂਜ਼ ਕਰਿਆ ਕਰੋ। 1/2 ਇੰਚ ਜਿਹੜਾ ਬੋਰਡ ਹੈ ਬੈਸਟ ਆ, ਅਤੇ 1/2 ਇੰਚ 'ਚ ਵੀ ਕਈ ਕੁਆਲਿਟੀਆਂ ਆਉਂਦੀਆਂ, ਹਲਕਾ ਭਾਰੀ, ਥੋੜ੍ਹਾ ਹਲਕਾ ਬੋਰਡ ਹੀ ਯੂਜ਼ ਕਰਿਓ, ਜ਼ਿਆਦਾ ਭਾਰੀ ਬੋਰਡ ਨਾ ਯੂਜ਼ ਕਰਿਓ, ਕਿਉਂਕਿ ਛਤਰੀ ਜਿੰਨੀ ਜ਼ਿਆਦਾ ਹੈਵੀ ਹੋਊਗੀ ਉਹਦਾ ਟੁੱਟਣ ਦੇ ਉਨੇ ਹੀ ਜ਼ਿਆਦਾ ਚਾਂਸ ਰਹਿਣਗੇ, ਕਿਉਂਕਿ ਜਦੋਂ ਆਪਣਾ ਟਰੈਕਟਰ ਖੱਡਿਆਂ ਖੁੱਡਿਆਂ 'ਚ ਵੱਜਦਾ ਆ ਟੋਇਆਂ ਟੱਪਿਆਂ 'ਚ, ਅਤੇ ਇਹ ਨੱਚਦੀ ਆ ਛਤਰੀ ਪੂਰੀ, ਬਾਊਂਸ ਹੁੰਦੀ ਆ, ਭਾਵੇਂ ਓਰੀਜਨਲ ਲਾ ਲਓ ਭਾਵੇਂ ਡੁਪਲੀਕੇਟ ਲਾ ਲਓ, ਜਿਹੜੀ ਮਰਜ਼ੀ ਛਤਰੀ ਆ ਇਹਨੇ ਬਾਊਂਸ ਦੇਣਾ ਹੀ ਦੇਣਾ ਆ।
ਤੇ ਉਹ ਬਾਉਂਸ ਜਿਹੜਾ ਇੰਨਾ ਖਤਰਨਾਕ ਹੋ ਜਾਂਦਾ ਨਾ ਇੱਕ ਟਾਈਮ ਤੇ ਆ ਕੇ ਕਿ ਆਪਣੀ ਛਤਰੀ ਡਿੱਗ ਕੇ ਸਿਰ ਚ ਆ ਜਾਂਦੀ ਹੈ ਸਾਰੀ। ਇਸ ਕਰਕੇ ਬੈਟਰ ਇਹੀ ਹੈ ਕਿ ਇਹਦੇ ਤੇ ਬੋਰਡ ਜਿਹੜਾ ਆ ਉਹ ਹਿਸਾਬ ਦਾ ਹੀ ਯੂਜ਼ ਕਰੋ। ਬਾਕੀ ਹੁਣ ਦੂਸਰਾ ਬੈਕ ਸਾਈਡ ਦਾ ਜਿਹੜਾ ਪੱਲਾ ਜਿਹਾ ਆ ਉਹ ਕੱਢਣ ਲੱਗੇ ਆ। ਅੱਜ ਆਪਣਾ ਮਿਸਤਰੀ ਵੀ ਆਈ ਜਾਂਦਾ ਰਾਹ 'ਚ, ਉਹਨੂੰ ਵੀ ਦੇਖਦੇ ਹਾਂ ਕੀ ਰਿਪੋਰਟ ਕਰਦਾ ਆ ਕੇ ਉਹ ਵੀ। ਬਾਬਿਓ ਆਪਾਂ ਨਾ ਇਹਦੇ 'ਚ ਦੋ ਜੋੜ ਪਾਉਣ ਲੱਗੇ ਹਾਂ ਕਿਉਂਕਿ ਆਪਾਂ ਉਹ ਵਾਲਾ ਬੋਰਡ ਖਰਾਬ ਨਹੀਂ ਕਰਨਾ ਚਾਹੁੰਦੇ ਐਜ਼ ਇਟ ਇਜ਼, ਕਿਉਂਕਿ ਦੇਖੋ ਸਿੱਧੀ ਜੀ ਗੱਲ ਆ ਸਾਡਾ ਹੈਗਾ ਦੁਕਾਨਦਾਰ ਵਾਲੀ ਕੰਮ, ਅਤੇ ਅਸੀਂ ਉਸੇ ਹਿਸਾਬ ਨਾਲ ਸੋਚ ਕੇ ਚੱਲਣਾ ਆ। ਅਤੇ ਅਵਲ ਤਾਂ ਆਪਾਂ ਇੱਕੇ ਜੋੜ ਪਾਈਦਾ ਆ ਠੀਕ, ਪਰ ਉਹ ਸਾਡਾ ਬੋਰਡ ਕਿਸੇ ਹੋਰ ਚੀਜ਼ 'ਚ ਕੰਮ ਆ ਜਾਣਾ, ਅਸੀਂ ਤਾਂ ਕਰਕੇ ਉਹਨੂੰ ਛੇੜਿਆ ਨਹੀਂ। ਆਪਣੇ ਕੋਲ ਆਪਸ਼ਨ ਹੈਗੀ ਆ ਤਾਂ ਆਪਣੀ ਛਤਰੀ ਆ, ਇਹਨੂੰ ਆਪਾਂ ਡਬਲ ਜੋੜ ਪਾ ਦੇਣਾ ਆ, ਸੈਂਟਰ 'ਚ ਇਹਦੇ ਜੋੜ ਆ ਜੂਗਾ, ਇੱਕ ਇੱਧਰ ਨੂੰ ਇੱਕ ਇੱਧਰ ਨੂੰ, ਉਹਨੂੰ ਪੱਕਾ ਕਰਨਾ ਅਸੀਂ ਜਾਣਦੇ ਹੋ, ਅਸੀਂ ਆਪੇ ਕਰ ਲੈਣਾ ਆ। ਫਿਲਹਾਲ ਉਹਦਾ ਬੋਰਡ ਵੱਢਣ ਦੇ ਇੱਕ ਸਾਈਡ ਦਾ, ਫਿਰ ਦੂਜੇ ਪਾਸੇ ਆਹ ਪੈ ਜਾਣਾ, ਕਿਉਂਕਿ ਇਹ ਦੋਹੇ ਕੱਟ ਪੀ ਸਾਡੇ ਕਿਸੇ ਕੰਮ ਦੇ ਨਹੀਂ ਹੈਗੇ। ਲਾ ਵੀ ਮਿੱਤਰ ਆ ਗਿਆ, ਇੱਧਰ ਇਹਨਾਂ ਦਾ ਡਿਸਪਿਊਟ ਚੱਲ ਰਿਹਾ ਆਪਸ ਵਿੱਚ ਕੀ ਕਰਨਾ ਕੀ ਨਹੀਂ ਕਰਨਾ। ਲਓ ਜੀ ਕਰ ਲੈਣ ਦੋ ਇਹਨਾਂ ਨੂੰ, ਆਪਾਂ ਫਿਰ ਲਾਸਟ ਦੇਖਾਂਗੇ ਜਦੋਂ ਫਾਈਨਲ ਕਰ ਦੇਣਗੇ। ਡੇਲੀ ਬਣਾਉਣਾ ਪੜ ਰਿਹਾ, ਠੀਕ ਹੈ ਵਧੀਆ ਯਾਰ। ਹਾਂਜੀ ਮਿੱਤਰੋ, ਸੋ ਚੈੱਕ ਕਰੋ ਆਪਣੇ ਬੇਸ ਹੋ ਗਿਆ ਸੀ ਰੈਡੀ, ਪੂਰਾ ਰੈਡੀ ਕਰਤਾ ਬੇਸ ਆਪਾਂ। ਹੁਣ ਇਹਦੇ ਉੱਪਰ ਫਿਲਹਾਲ ਇੱਕ ਸਾਈਡ ਤੋਂ ਪਿੰਸ ਲਾਉਣੀਆਂ ਆ ਤਾਂ ਕਿ ਇਹ ਕੱਚਾ ਹੋ ਜੂਗਾ, ਫਿਰ ਇਹਨੂੰ ਦੂਸਰੇ ਪਾਸੇ ਫੱਟੀ ਲਾ ਕੇ ਪੱਕਾ ਕਰ ਦਾਂਗੇ। ਅਤੇ ਆਪਣਾ ਲੱਕੜ ਵਾਲਾ ਮਿਸਤਰੀ ਵੀ ਆ ਗਿਆ, ਮਿਸਤਰੀ ਸਾਹਿਬ ਪਹੁੰਚ ਗਏ। ਮਿਸਤਰੀ ਸਾਹਿਬ ਸਮਾਨ ਸਮੂਨ ਚੈੱਕ ਕਰ ਰਿਹਾ ਵੀ ਕੀ ਕੁਛ ਲਿਖਣਾ ਆ ਅਤੇ ਦੱਸਣਾ ਆ। ਬਾਕੀ ਆਪਾਂ ਹੁਣ ਇਹਦੀ ਜਿਹੜੀ ਅੰਦਰਲਾ ਫਰੇਮ ਆ ਉਹ ਘਟਾਉਂਦੇ ਹਾਂ, ਉਹ ਆਪਣੇ ਮਿਸਤਰੀ ਨੂੰ ਲੱਭਦੇ ਹਾਂ ਆਪਾਂ ਕਿੱਥੇ ਆ। ਮਿਸਤਰੀ ਸਾਹਿਬ ਫਰੇਮ ਆ ਜਾਓ, ਫਿਰ ਆ ਜਾਓ, ਇਹ ਛੋਟਾ ਆ ਆਪਣਾ ਬਾਬੇ, ਆਪਣਾ ਛੋਟਾ ਭਰਾ ਆ, ਇਹਨਾਂ ਮਜ਼ਾਕ ਕਰੀ ਜਾਈਦਾ ਆ, ਇਹ ਵੀ ਇੱਕ ਮਿਸਤਰੀ ਬਣਾ ਤਾ ਅਸੀਂ, ਟ੍ਰੇਨਡ ਕਰਤਾ ਪੂਰਾ। ਲਓ ਜੀ ਡਨ ਆ ਜੀ, ਟੰਗ ਦੀਏ ਫਿਰ ਟਰੈਕਟਰ ਲਿਆ ਕੇ। ਲੈ ਜੀ ਉੱਧਰ ਮੁੰਡਾ ਗਿਲਾ ਕਰਨ ਡਿਆ, ਕਹਿੰਦਾ ਵੀ ਪਿਛਲੀ ਕਣਕਾਂ 'ਚ ਮੇਰਾ ਫਰੇਮ ਖੋਲਿਆ ਸੀ, ਟੁੱਟਿਆ ਸੀਗਾ, ਅਗਲੀਆਂ ਕਣਕਾਂ ਆ ਗਈਆਂ, ਤੁਸੀਂ ਹਾਲੇ ਤੱਕ ਫਰੇਮ ਨਹੀਂ ਬਣਾ ਕੇ ਦਿੱਤਾ। ਆਪਣੀ ਇੱਦਾਂ ਹੀ ਹੁੰਦੇ ਆ ਹੈਂ, ਹਾਂ ਇਸ ਤੋਂ ਅਗਲੀਆਂ ਚਲਾ, ਬਸ ਬਸ ਕਿਹਾ ਮੈਂ ਨਹੀਂ the useless was shooting no one notices the you it's just me against the world ka ni le phod da prata allda kwariya